ਤੇ ਧਾਰਮਿਕ ਸਥਾਨ ਤੇ ਬਣੇ ਸਰੋਵਰ ਵਿੱਚ 10-12 ਸਾਲਾਂ ਦੇ ਬੱਚੇ ਦੀ ਡੁੱਬਣ ਕਰਕੇ ਮੌਤ ਹੋ ਗਈ, ਜਿਸ ਕਰਕੇ ਇਲਾਕੇ ਵਿੱਚ ਹਫੜਾ ਤਫੜੀ ਮੱਚ ਗਈ। ਜਾਣਕਾਰੀ ਮੁਤਾਬਿਕ ਬੱਚੇ ਦਾ ਪੈਰ ਫਿਸਲਿਆ ਤੇ ਉਹ ਡੂੰਘੇ ਪਾਣੀ ਵਿੱਚ ਜਾ ਪਹੁੰਚਿਆ, ਜਿਸ ਕਾਰਨ ਬੱਚੇ ਦੀ ਡੁੱਬਣ ਕਰਕੇ ਮੌਤ ਹੋ ਗਈ। ਆਸ ਪੜੋਸ ਦੇ ਲੋਕਾਂ ਅਤੇ ਪਰਿਜਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਥੇ ਪਹਿਲਾਂ ਵੀ ਅਜਿਹੇ ਹਾਦਸੇ ਹੋ ਚੁੱਕੇ ਨੇ, ਪਰ ਕਮੇਟੀ ਵੱਲੋਂ ਕੋਈ ਸੇਵਾਦਾਰ ਇੱਥੇ ਨਿਯੁਕਤ ਨਹੀਂ ਕੀਤਾ ਗਿਆ। ਬਾਈ ਜੀ, ਮੇਰਾ ਨਾਂ ਗੋਵਿੰਦਾ ਸਿੰਘ ਆ, ਮੈਂ ਗੋਨਿਆਣਾ ਰੋਡ ਤੇ ਰਹਿਣਾ ਜੀ। ਇਹ ਜਿਹੜਾ ਮੁੰਡਾ ਗੁਜਰਿਆ, ਇਹ ਮੇਰੇ ਚਾਚੇ ਦਾ ਮੁੰਡਾ ਜੀ, ਤੇ ਇਹ ਇੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਗੱਲ ਕਹਿ ਰਹੇ ਹੈਗੇ ਆ ਵੀ ਇੱਥੇ 24 ਘੰਟੇ ਬੰਦਾ ਹੁੰਦਾ, ਤੇ ਜੇ ਇੱਥੇ ਬੰਦਾ ਹੁੰਦਾ ਤਾਂ ਜਵਾਕ ਅੰਦਰ ਵੜਦਾ ਹੀ ਕਿਉਂ? ਤੇ ਕਿਉਂ ਬੱਚੇ ਦੀ ਕਿਸ ਤਰ੍ਹਾਂ ਹੋਈ ਹੈ? ਪਾਣੀ 'ਚ ਡੁੱਬਣ ਕਾਰਨ ਹੋਈ ਆ ਬਾਈ। ਪਾਣੀ ਕਿੱਥੋਂ ਦਾ ਪਾਣੀ, ਕਾਹਦੇ ਵਿੱਚ ਸੀ ਪਾਣੀ? ਪਾਣੀ ਸਰੋਵਰ ਦੇ ਪਾਣੀ ਦੇ ਵਿੱਚ ਸੀਗਾ ਜੀ। ਨਿਗਰਾਨੀ ਵਾਸਤੇ ਕੋਈ ਹੁੰਦਾ ਤਾਂ ਬੱਚਾ ਮਰਦਾ ਹੀ ਕਿਉਂ ਬਾਈ? ਇੱਥੇ ਬਾਈ ਜੀ ਮੈਂ ਲੰਘ ਰਿਹਾ ਸੀ ਇੱਥੋਂ ਦੀ, ਮੈਂ ਤਾਂ ਲੰਘ ਰਿਹਾ ਸੀਗਾ ਜਦੋਂ ਇਹ ਲੰਘ ਰਿਹਾ ਸੀ, ਜਦੋਂ ਕੱਠ ਦੇਖਿਆ ਇੱਥੇ, ਜਦੋਂ ਕੋਲੇ ਆਏ ਇਹਨਾਂ ਦੇ ਦੇਖਿਆ ਵੀ ਇਹ ਬੱਚੇ ਦੀ ਡੈਥ ਹੋਈ ਪਈ ਸੀ, ਉਦੋਂ ਕੋਈ ਸ਼ਨਾਖਤ ਨਹੀਂ ਹੋ ਰਹੀ ਸੀ ਕਿੱਥੋਂ ਦੇ। ਅਗਰ ਕਿਸੇ ਨੇ ਕਿਹਾ ਵੀ ਇਹਦੀ ਮੰਮੀ ਗੁਰਦੁਆਰਾ ਸਾਹਿਬ ਉੱਥੇ ਦਿਹਾੜੀ ਜਾਂਦੀ ਹੈ, ਇਹਦੀ ਮੰਮੀ ਗੁਰਦੁਆਰਾ ਸਾਹਿਬ ਦਿਹਾੜੀ ਜਾਂਦੀ ਹੈ, ਫਿਰ ਉੱਥੋਂ ਜਾ ਕੇ ਫੋਟੋ ਦਿਖਾ ਕੇ ਵਟਸਐਪ 'ਤੇ ਫਿਰ ਉਦੋਂ ਸ਼ਨਾਖਤ ਹੋਈ ਜੀ, ਫਿਰ ਲਿਆਈ ਸਦਕੇ ਜੀ। ਕਿੰਨੀ ਉਮਰ ਦੀ ਬੱਚੇ? ਇਹ ਹੈਗਾ ਜੀ 10-11 ਸਾਲ ਦਾ ਜੀ। ਸੁੱਖਾ ਸਿੰਘ ਜੀ, ਕੀ ਘਟਨਾ ਵਾਪਰੀ ਹੈ? ਘਟਨਾ ਜੀ, ਘਰੋਂ ਰੋਟੀ ਖਾ ਕੇ ਆਇਆ ਜੀ, ਇਹ ਕਹਿੰਦਾ ਮੈਂ ਖੇਡਦਾ ਇੱਥੇ, ਤਾਂ ਮੁੜ ਕੇ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਆ ਗਿਆ ਬਾਹਰ ਨੂੰ। ਤੁਸੀਂ ਕਿੱਥੇ ਸੀ ਉਦੋਂ? ਘਰੇ ਸੀ ਜੀ। ਅਤੇ ਹੋਰ ਪਰਿਵਾਰਕ ਜਿਹੜੀ ਮੰਮੀ ਵੀ ਘਰੇ ਸੀ? ਨਹੀਂ ਜੀ, ਉਹ ਘਰੇ ਨਹੀਂ, ਉਹ ਐਤਵਾਰ ਨੂੰ ਦਿਹਾੜੀ ਜਾਂਦੀ ਆ ਜੀ। ਅਤੇ ਮੈਂ ਬਿਮਾਰ ਰਹਿੰਦਾ। ਤੁਹਾਨੂੰ ਕਿਹਨੇ ਸੂਚਨਾ ਦਿੱਤੀ ਵੀ ਤੁਹਾਡੇ ਬੇਟੇ ਨਾਲ? ਉਹ ਜਵਾਕ ਗਏ ਸੀ ਇੱਥੋਂ ਭੱਜ ਕੇ ਕੋਈ। ਜਿਸ ਦੇ ਵਿੱਚ ਅੱਜ 14 ਸਾਲਾਂ ਦਾ ਕਰੀਬ ਬੱਚਾ ਸੀਗਾ ਜਿਹੜਾ ਇਸ਼ਨਾਨ ਕਰਨ ਆਇਆ ਸੀ, ਜੋ ਕਿ ਤਿਲਕ ਕੇ ਪੌੜੀਆਂ ਤੋਂ ਕੰਧ ਤੋਂ ਪਾਰ ਚਲਾ ਗਿਆ ਤੇ ਡੁੱਬਣ ਕਾਰਨ ਉਸਦੀ ਮੌਤ ਹੋ ਗਈ। ਗੁਰਦੁਆਰਾ ਸਾਹਿਬ ਦੇ ਕੋਈ ਸੇਵਾਦਾਰ ਸੀਗੇ ਮੌਕੇ ਤੇ? ਇੱਥੇ ਕੋਈ ਵੀ ਸੇਵਾਦਾਰ ਹੈ ਨਹੀਂ ਸੀਗਾ ਜੀ ਮੌਕੇ ਤੇ, ਨਾ ਹੀ ਕੋਈ ਆਉਂਦਾ ਇੱਥੇ। ਅਸੀਂ ਬਹੁਤ ਹੀ ਵਾਰੀ ਆਪਦੇ ਪਤੀ ਦੇ ਮੁੰਡੇ ਵੱਡੇ ਵੀ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਕਹਿ ਕੇ ਆਏ ਹਾਂ ਘੱਟ ਤੋਂ ਘੱਟ ਵੀ 10 ਵਾਰ ਵੀ ਇੱਥੇ ਪੱਕਾ ਪ੍ਰਬੰਧ ਕੀਤਾ ਜਾਵੇ, ਸੇਵਾਦਾਰ ਪਾਇਆ ਜਾਵੇ, ਪਰ ਇਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਨਾ ਚਾਹੋਗੇ? ਅਸੀਂ ਇਹੀ ਮੰਗ ਕਰਨਾ ਚਾਹਾਂਗੇ, ਇੱਕ ਤਾਂ ਗਰੀਬ ਪਰਿਵਾਰ ਨੂੰ ਜਿਸ ਦੇ 2 ਕੁੜੀਆਂ, ਉਸ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ, ਅਤੇ ਇੱਥੇ ਸ਼੍ਰੋਮਣੀ ਕਮੇਟੀ ਨੂੰ ਸਾਡੀ ਇਹੀ ਮੰਗ ਆ ਵੀ ਕਮਰਾ ਪਾ ਕੇ ਇੱਕ ਮੁਲਾਜ਼ਮ ਦੀ ਪੱਕੀ ਜ਼ਿੰਮੇਵਾਰੀ ਲਾਈ ਜਾਵੇ ਤਾਂ ਜੋ ਅੱਗੇ ਤੋਂ ਇਹ ਦੁਰਘਟਨਾ ਨਾ ਵਾਪਰੇ। ਜੀਤ ਸਿੰਘ ਬਰਾੜ, ਇੱਕ ਮਿੰਟ ਸਰ, ਕੀ ਕਹਿਣਾ ਚਾਹੋਗੇ ਜਿਹੜੀ ਅੱਜ ਬੱਚੇ ਦੀ ਡੈਥ ਹੋਈ? ਇਹ ਬੜੀ ਮਨਭਾਗੀ ਘਟਨਾ, ਠੀਕ ਆ ਕਿ ਨਹੀਂ? ਇੱਥੇ ਬੱਚੇ 100-150 ਨਹਾਉਂਦੇ ਰਹਿੰਦੇ ਆ, ਬੜੇ ਵਾਰੀ ਆਸੇ ਪਾਸੇ ਦੇ ਲੋਕਾਂ ਦੇ ਘਰ ਵਾਲਿਆਂ ਨੇ ਭਜਾਉਂਦੇ ਆ ਬੱਚਿਆਂ ਨੂੰ, ਪਰ ਦਰਬਾਰ ਸਾਹਿਬ ਵੱਲੋਂ ਕੋਈ ਇੱਥੇ ਡਿਊਟੀ 'ਤੇ ਬੰਦਾ ਨਹੀਂ ਹੁੰਦਾ ਗਾ, ਹਾਜ਼ਰ ਕਦੋਂ ਕਹਿ ਰਹੇ ਵੀ ਇੱਥੇ ਲੱਗੇ ਹੋਏ? ਬਿਲਕੁਲ ਨਹੀਂ ਕੋਈ ਵੀ ਹੁੰਦਾ, ਨਾ ਕੋਈ ਸਰੋਵਰੀ ਕਮੇਟੀ ਦੀ ਇੱਥੇ ਜ਼ਿੰਮੇਵਾਰੀ ਹੈ, ਨਾ ਕੋਈ ਜ਼ਿੰਮੇਵਾਰੀ ਸਮਝ ਰਿਹਾ। ਇਹਨਾਂ ਨੂੰ ਬੜੇ ਵਾਰੀ ਕਹਿ ਲਿਆ ਵੀ ਇੱਥੇ ਕਮਰਾ ਬਣਾ ਦਿਓ ਅਤੇ ਇੱਥੇ ਸੇਵਾਦਾਰ ਪੱਕਾ ਛੱਡ ਦਿਓ, ਜਿੰਨਾ ਚਿਕਰ ਪੱਕਾ ਸੇਵਾਦਾਰ ਇੱਥੇ ਨਹੀਂ ਪਾਉਂਦੇ ਉਹਨਾਂ ਚਿਕਰ ਇਹਦਾ ਕੋਈ ਹੱਲ ਨਹੀਂ। ਉੱਥੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਕਰਮਚਾਰੀ ਨਿਯੁਕਤ ਕਰਨ ਵਾਲੀ ਗੱਲ 'ਤੇ ਉਹ ਵੀ ਗੋਲਮੋਲ ਜਵਾਬ ਦਿੰਦੇ ਨਜ਼ਰ ਆਏ। ਇਹ ਜੋ ਛੋਟਾ ਸਰੋਵਰ ਆ, ਸ਼ਹੀਦਾਂ ਯਾਦ ਬਣਿਆ ਹੋਇਆ ਹੈ, ਇਸਦੇ ਵਿੱਚ ਇੱਕ ਅਗਲੇ ਪਾਸੇ ਸੇਫਟੀ ਤੌਰ 'ਤੇ ਕੰਧ ਵੀ ਬਣੀ ਹੋਈ ਹੈ, ਇਸ਼ਨਾਨ ਕਰਨ ਦੇ ਵੀ ਕੰਧ ਤੋਂ ਜਾ ਕੇ ਅੱਗੇ ਜਾਊਗਾ ਤਾਂ ਖਤਰਾ ਹੈ, ਪਰੰਤੂ ਇਹ ਬੱਚਾ ਪਤਾ ਲੱਗਾ ਕਿ ਬੱਚਾ ਕੰਧ ਤੋਂ ਅੱਗੇ ਜਾ ਕੇ ਇਹ ਇਸ਼ਨਾਨ ਕਰਨ ਲੱਗ ਗਿਆ, ਜਿੱਥੇ ਕਿ ਡੁੱਬਣ ਕਾਰਨ ਦੀ ਮੌਤ ਹੋ ਗਈ ਹੈ। ਬਹੁਤ ਹੀ ਨਵਾਂ ਘਟਨਾ ਵਾਪਰੀ ਹੈ। ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਕੀ ਬੱਚੇ ਦੀ ਉਮਰ ਕਿੰਨੀ ਸੀ? ਬੱਚੇ ਉਮਰ ਹੋਣੀ ਮੇਰਾ 10-12 ਸਾਲ ਦੀ ਲੱਗਭਗ ਹੋਊਗੀ। ਨਾਮ ਵਗੈਰਾ ਪਤਾ ਲੱਗਿਆ? ਨਾਮ ਅਜੇ ਨਹੀਂ ਪਤਾ ਲੱਗਿਆ ਮੈਨੂੰ। ਸਰ ਉਹਨਾਂ ਡਿਊਟੀ ਦੇ ਸੇਵਾਦਾਰ ਵਗੈਰਾ ਹੁੰਦੇ ਅੱਜ ਸੀਗੇ ਮੌਕੇ ਤੇ? ਅੱਜ ਹੈ ਸੀ। ਓਕੇ ਜੀ, ਥੈਂਕ ਯੂ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਮਾਮਲੇ ਦੀ ਛਾਨਬੀਨ ਸ਼ੁਰੂ ਕਰ ਦਿੱਤੀ ਹੈ। ਲੜਕੇ ਦੇ ਸਰੋਵਰ 'ਚ ਡਿੱਗਣ ਦੀ ਜੋ ਹੈ ਸੂਚਨਾ ਮਿਲੀ ਹੈ ਜੀ ਸਾਡੇ ਕੋਲ, ਹੁਣੇ ਇੰਟੀਮੇਸ਼ਨ ਆਈ ਹੈ ਕਿ ਜਿਸਰ ਨਾਂ ਦਾ ਬੱਚਾ 9 ਸਾਲ ਦੀ ਜਿਸ ਦੀ ਏਜ ਸੀ, ਇੱਥੇ ਗੁਰਦੁਆਰਾ ਸਾਹਿਬ ਸ਼ਹੀਦਾਂ ਵਾਲੇ ਗੁਰਦੁਆਰੇ ਸਾਹਿਬ ਛੋਟਾ ਤਲਾਅ ਜੀ, ਉਹਦੇ ਵਿੱਚ ਜਿਹੜਾ ਹੈਗਾ ਡੁੱਬਣ ਕਾਰਨ ਉਹ ਐਕਸਪਾਇਰ ਹੋ ਗਿਆ। ਸੋ ਅਸੀਂ ਮੌਕੇ 'ਤੇ ਆਏ ਹਾਂ, ਉਹਦੇ ਪੇਰੈਂਟਸ ਨਾਲ ਮਿਲ ਕੇ ਜੋ ਕਾਨੂੰਨ ਤਾਲਬੰਦੀ ਕਾਰਵਾਈ ਕਰਦੇ ਹਾਂ।